ਦੋਸਤੋ ਅੱਜ ਆਪਾਂ ਬਣਾਈਏ ਜੀ ਆਲੂ ਚਿਕੰਦਰ ਦੀ ਬਹੁਤ ਹੀ ਟੇਸਟੀ ਟਿੱਕੀ। ਅਤੇ ਕਿਵੇਂ ਬਣਦੀ ਆ, ਬਹੁਤ ਹੀ ਜ਼ਿਆਦਾ ਸਵਾਦ ਅਤੇ ਹੈਲਥੀ। ਅਤੇ ਚਲੋ ਫਿਰ ਦੱਸਦੇ ਹਾਂ ਜਿੱਥੇ ਬਣਾਉਂਦੇ ਹਾਂ ਚਿਕੰਦਰ ਆਲੂ ਟਿੱਕੀ, ਕਿਉਂਕਿ ਇਹ ਕਾਫੀ ਪਈਆਂ ਸੀਗੀਆਂ। ਜਿਵੇਂ ਹੁਣ ਆਪਾਂ ਇਹਦੇ ਪਰੌਂਠੇ ਵਗੈਰਾ ਬਣਾ ਲੈਂਦੇ ਹਾਂ ਆਟੇ ਵਿੱਚ ਗੁੰਨ ਕੇ, ਉਹ ਵੀ ਵਧੀਆ ਲੱਗਦੇ ਨੇਗੇ। ਪਰ ਅੱਜ ਆਪਾਂ ਬਣਾਵਾਂਗੇ ਜੀ ਚਿਕੰਦਰ ਅਤੇ ਆਲੂ ਦੀ ਬਹੁਤ ਹੀ ਟੇਸਟੀ ਟਿੱਕੀ। ਅਤੇ ਇਹਦੇ ਲਈ ਆਪਾਂ ਜਿਹੜੇ ਦੋ ਚਿਕੰਦਰ ਸੀ ਉਹਨਾਂ ਨੂੰ ਉੱਪਰੋਂ ਛਿੱਲ ਕੇ ਅਤੇ ਬਰੀਕ ਕੱਦੂਕਸ ਨਾਲ ਆਪਾਂ ਇਹਨੂੰ ਕੱਦੂਕਸ ਕਰ ਲੈਣੇ। ਦੋ ਲਏ ਹੋਏ ਨੇ ਜੀ, ਵੱਧ ਘੱਟ ਆਪਾਂ ਇਹਦੇ ਵਿੱਚ ਪਾ ਸਕਦੇ ਹਾਂਗੇ। ਤਿੰਨ ਆਪਾਂ ਆਲੂ ਲਏ ਨੇ ਜੀ, ਇਹ ਵੀ ਆਪਾਂ ਉਬਾਲ ਕੇ ਚੰਗੀ ਤਰ੍ਹਾਂ ਛਿੱਲ ਕੇ ਠੰਡੇ ਕਰ ਲਏ। ਥੋੜ੍ਹਾ ਜਿਹਾ ਆਪਾਂ ਲਿਆ ਜੀ ਪਿਆਜ਼, ਇਹ ਵੀ ਆਪਾਂ ਬਰੀਕ ਕੁੱਟ ਲਿਆ ਸੀਗਾ। ਅਤੇ ਦੋ ਹਰੀਆਂ ਮਿਰਚਾਂ। ਇੱਧਰ ਆਪਾਂ ਲਿਆ ਹੋਇਆ ਜੀ ਚੌਲਾਂ ਦਾ ਆਟਾ, ਇਹਦੀ ਤਾਂ ਆਪਾਂ ਕੋਰਨਫਲੋਰ ਵੀ ਇਹੋ ਕਰ ਸਕਦੇ ਹਾਂ, ਅਤੇ ਨਹੀਂ ਕਹਾਉਂਦਾ ਜੀ ਅਰਾਰੋਟ ਦਾ ਆਟਾ, ਉਹ ਵੀ ਆਪਾਂ ਇਹਦੇ ਵਿੱਚ ਵਰਤ ਸਕਦੇ ਹਾਂ ਜੀ। ਇੱਧਰ ਆਪਾਂ ਲਿਆ ਹੋਇਆ ਜੀ ਘਿਓ, ਅਤੇ ਚਲੋ ਬਣਾਉਣਾ ਸਟਾਰਟ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਆਪਾਂ ਲੈਣੇ ਜੀ ਜਿਹੜੇ ਆਲੂ, ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਹੱਥਾਂ ਨਾਲ ਹੀ ਮੈਸ਼ ਕਰ ਲਾਂਗੇ ਜੀ। ਫੇਰ ਲੈਣਾ ਜੀ ਹੈ? ਹਾਂਜੀ, ਠੰਡੇ ਹੋਣੇ ਚਾਹੀਦੇ ਨੇ ਜੀ, ਗਰਮ ਨਹੀਂ ਹੋਣੇ ਚਾਹੀਦੇ। ਇਹ ਫਿਰ ਠੰਡੇ ਕਰਨੇ ਪਹਿਲਾਂ ਤਾਂ ਉਬਾਲ? ਹਾਂਜੀ, ਉਬਾਲ ਕੇ ਆਪਾਂ ਇਹਨਾਂ ਨੂੰ ਠੰਡੇ ਕਰ ਲੈਣਾ ਗਾ। ਠੀਕ ਹੈ। ਅਤੇ ਹੁਣ ਆਪਾਂ ਇਹਨੂੰ ਹੱਥਾਂ ਨਾਲ ਚੰਗੀ ਤਰ੍ਹਾਂ ਆਪਾਂ ਇਹਨੂੰ ਮੈਸ਼ ਕਰ ਲੈਣਾ ਜੀ। ਨਹੀਂ ਆਪਾਂ ਇਹਨੂੰ ਕਿਸੇ ਵੀ ਮਤਲਬ ਜਿਵੇਂ ਹੁੰਦਾ ਜੀ ਆਪਣੇ ਕੋਲ ਕੱਦੂਕਸ, ਉਹਦੇ ਨਾਲ ਵੀ ਆਪਾਂ ਕਰਸ਼ ਕਰ ਸਕਦੇ ਹਾਂ ਬਰੀਕ ਬਰੀਕ। ਠੀਕ ਹੈ ਜੀ, ਉਹ ਪੀਣ ਜਲ ਆਪਣੇ ਕੋਲ ਜਿਵੇਂ ਇੱਥੇ ਪਿਆ ਸੀਗਾ ਇੱਕ ਚੱਪਣ ਜਿਹਾ? ਹਾਂਜੀ, ਉਹਦੇ ਨਾਲ ਵੀ ਉਹ ਕਰ ਸਕਦੇ ਹਾਂਗੇ। ਠੀਕ ਹੈ ਜੀ। ਆਹ ਥੋੜ੍ਹੇ ਜਿਹੇ ਮੋਟੇ ਰਹਿ ਗਏ ਜੇ ਤਾਂ ਕੱਢ ਹੀ ਦਿੰਦੇ ਹਾਂ। ਜਿਵੇਂ ਹੁਣ ਕਈ ਵਾਰੀ ਕੋਈ ਕੱਚਾ ਰਹਿ ਜਾਂਦਾ ਵਿੱਚ ਮਾੜਾ ਮੋਟਾ, ਹਾਂਜੀ, ਅਤੇ ਉਹ ਕਰੜਾ ਜਿਹਾ ਮਤਲਬ ਉਹ ਕੱਢ ਦੇਣਾ ਆਪਾਂ, ਇਹ ਕੱਢ ਦਾਂਗੇ ਜੀ। ਅਤੇ ਇਹਨਾਂ ਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਮੈਸ਼ ਕਰ ਲੈਂਦੇ ਹਾਂ ਜੀ। ਠੀਕ ਹੈ। ਅਤੇ ਹੁਣ ਜਿਹੜੀ ਆਪਾਂ ਲਈਆਂ ਨੇ ਜੀ ਦੋ ਚਿਕੰਦਰਾਂ, ਇਹ ਵੀ ਆਪਾਂ ਨੂੰ ਇਹਦੇ ਵਿੱਚ ਪਾ ਲਾਂਗੇ, ਇਹਨਾਂ ਨੂੰ ਵਿੱਚ ਹੀ ਪਾ ਲੈਣਾ ਇਹਦੇ? ਹਾਂਜੀ। ਲਓ ਜੀ ਆਲੂਆਂ ਨੂੰ ਪਾ ਕੇ, ਅਤੇ ਹੁਣ ਆਪਾਂ ਜਿਹੜੀ ਚਿਕੰਦਰ ਸੀ ਉਹ ਵੀ ਪਾ ਲਈ, ਅਤੇ ਹੁਣ ਜਿਹੜੇ ਆਪਾਂ ਲਿਆ ਹੋਇਆ ਜੀ ਇੱਥੇ ਪਿਆਜ਼ ਅਤੇ ਹਰੀ ਮਿਰਚ, ਉਹ ਵੀ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ। ਠੀਕ ਹੈ। ਸੰਨੀ ਮੰਗੂਰ ਲਾ ਲੈਣਾ ਇਹ ਸਾਰਾ ਕੁਛ। ਹਾਂਜੀ। ਅਤੇ ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮਸਾਲੇ। ਠੀਕ ਹੈ ਜੀ। ਸਵਾਦ ਅਨੁਸਾਰ ਆਪਾਂ ਇਹਦੇ ਵਿੱਚ ਪਾ ਲਿਆ ਜੀ ਥੋੜ੍ਹਾ ਜਿਹਾ ਨਮਕ, ਆਪਾਂ ਘਰੇ ਵਰਤਦੇ ਹਾਂ, ਥੋੜ੍ਹਾ ਜਿਹਾ ਆਪਾਂ ਪਾ ਲੈਣਾ ਜੀ ਕਾਲਾ ਨਮਕ। ਠੀਕ ਹੈ ਜੀ। ਅਤੇ ਇੱਧਰ ਆਪਾਂ ਪਾਵਾਂਗੇ ਜੀ ਚਾਟ ਮਸਾਲਾ। ਠੀਕ ਹੈ। ਅਤੇ ਥੋੜ੍ਹਾ ਜਿਹਾ ਪਾਵਾਂਗੇ ਜੀ ਗਰਮ ਮਸਾਲਾ, ਜੇ ਤੁਸੀਂ ਚਾਹੋ ਤਾਂ ਲਾਲ ਮਿਰਚ ਵੀ ਪਾ ਸਕਦੇ ਹੋ ਥੋੜ੍ਹੀ ਜੀ। ਵੈਸੇ ਆਪਾਂ ਇਹਦੇ ਵਿੱਚ ਹਰੀ ਮਿਰਚ ਪਾਈ ਹੋਈ ਆ, ਥੋੜ੍ਹੀ ਜਿਹੀ ਆਪਾਂ ਲਾਲ ਪਾ ਦਾਂਗੇ। ਠੀਕ ਹੈ। ਬਿਲਕੁਲ ਥੋੜ੍ਹੀ ਜਿਹੀ ਆਪਾਂ ਇਹਦੇ ਵਿੱਚ ਪਾ ਦੇਣਾ ਜੀ ਹਲਦੀ ਪਾਊਡਰ। ਠੀਕ ਹੈ। ਹਲਦੀ ਪਾਊਡਰ ਆਕਸੀਡੈਂਟ, ਕੀ ਹੁੰਦਾ ਹੈ? ਐਂਟੀ ਆਕਸੀਡੈਂਟ ਹੁੰਦੇ ਆ ਜੀ ਹਲਦੀ। ਠੀਕ ਹੈ ਜੀ। ਅਤੇ ਹੁਣ ਆਪਾਂ ਹੱਥਾਂ ਨਾਲ ਇਹਨੂੰ ਮੈਸ਼ ਕਰ ਲੈਣੇ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਹੋ ਜਾਏ ਸਾਰਾ। ਆਮਚੂਰ ਪਾਊਡਰ ਵਗੈਰਾ ਵੀ ਪਾ ਸਕਦੇ ਹਾਂ? ਹਾਂਜੀ, ਆਮਚੂਰ ਪਾਊਡਰ ਵੀ ਪਾ ਸਕਦੇ ਹਾਂ ਆਪਾਂ। ਪਾਇਆ ਜੀ ਚਾਟ ਮਸਾਲਾ। ਹੱਥ ਰੰਗੇ ਜਾਣਗੇ? ਹਾਂਜੀ, ਹੱਥ ਤਾਂ ਰੰਗੇ ਜਾਣਗੇ। ਅਤੇ ਇਹਦੇ ਵਿੱਚ ਆਪਾਂ ਜੋ ਵੀ ਚਾਹੀਏ ਉਹ ਪਾ ਸਕਦੇ, ਜਿਵੇਂ ਆਪਾਂ ਕਿਹਾ ਜੀ ਅਰਾਰੋਟ ਜਾਂ ਕੋਰਨਫਲੋਰ, ਅਤੇ ਆਪਾਂ ਲਿਆ ਹੋਇਆ ਜੀ ਚੌਲਾਂ ਦਾ ਆਟਾ। ਠੀਕ ਹੈ ਜੀ। ਜਿਵੇਂ ਆਪਾਂ ਆਲੂਆਂ ਦੀ ਟਿੱਕੀ ਬਣਾਈ ਸੀ, ਕਿੰਨੀ ਜ਼ਿਆਦਾ ਸਵਾਦ ਬਣੀ ਸੀਗੀ। ਹਾਂਜੀ। ਅਤੇ ਚਿਕੰਦਰ ਕਾਫੀ ਪਏ ਸੀ, ਅਤੇ ਇਹਦੀ ਵੀ ਬਹੁਤ ਹੀ ਟੇਸਟੀ ਜਿਹੀ ਟਿੱਕੀ ਬਣਦੀ ਹੈ ਜੀ। ਠੀਕ ਹੈ ਜੀ, ਚਿਕੰਦਰ ਦੀ ਟਿੱਕੀ। ਹਾਂਜੀ, ਠੀਕ ਹੈ। ਰਾਉਣ ਆਲੂ ਦੀ ਟਿੱਕੀ ਤਾਂ ਆਪਾਂ ਦੋਸਤੋ ਬਹੁਤ ਖਾਧੀ ਹੋਣੀ, ਚਿਕੰਦਰ ਦੀ ਟਿੱਕੀ ਰਾਉਣ ਇਹ ਵੀ। ਹਾਂਜੀ, ਹੈਲਥ ਵਾਸਤੇ ਵੀ ਹੈਲਥੀ ਹੁੰਦੇ, ਜਿਵੇਂ ਬੱਚੇ ਨੂੰ ਆਪਾਂ ਪਰੌਂਠੇ ਬਣਾ ਕੇ ਵੀ ਦੇ ਸਕਦੇ ਹਾਂ, ਟਿੱਕੀ ਬਣਾ ਕੇ ਦੇ ਸਕਦੇ ਹਾਂ, ਚਿਕੰਦਰ ਦੀ ਜੂਸ ਕੱਢ ਕੇ ਦੇ ਸਕਦੇ ਹਾਂ ਜੀ। ਅਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਾਂਗੇ ਜੀ। ਆਟੇ ਵਾਂਗੂ ਬਣਾ ਲੈਣਾ ਜੀ, ਜ਼ਿਆਦਾ ਹਾਰਡ ਵੀ ਨਹੀਂ ਕਰਨਾ ਅਤੇ ਜ਼ਿਆਦਾ ਪੋਲਾ ਵੀ ਨਾ ਹੋਵੇ। ਠੀਕ ਹੈ, ਮਤਲਬ ਉਹੀ ਟਿੱਕੀ ਵਾਲਾ ਸਿਸਟਮ ਹੀ ਰਹਿਣਾ ਹੈ? ਹਾਂਜੀ। ਜਿਵੇਂ ਹੁਣ ਆਪਾਂ 3 ਆਲੂ ਲਏ ਸੀ ਜੀ, 2 ਚਿਕੰਦਰ, ਅਤੇ ਇਹਦੇ ਵਿੱਚ 4 ਚਮਚ ਪਾਏ ਨੇ ਜੀ ਆਟੇ ਦੇ, ਅਤੇ ਵਧੀਆ ਜਿਹੜਾ ਆਪਣਾ ਆਟਾ ਬਿਲਕੁਲ ਸੈੱਟ ਹੋ ਗਿਆ। ਇਸ ਪ੍ਰਕਾਰ ਹੀ ਕਰ ਲੈਣਾ ਜੀ, ਜ਼ਿਆਦਾ ਵੀ ਨਹੀਂ ਪਾਉਣਾ ਹੈਗਾ ਇਹਦੇ ਵਿੱਚ। ਠੀਕ ਹੈ ਜੀ। ਅਤੇ ਇਹਦੇ ਵਿੱਚ ਜੇ ਤੁਸੀਂ ਚਾਹੋ ਤਾਂ ਥੋੜ੍ਹੀ ਜਿਹੀ ਅਜਵਾਇਣ ਵੀ ਪਾ ਸਕਦੇ ਹੋ ਜੀ, ਜਿਵੇਂ ਕਈ ਵਾਰ ਆਪਾਂ ਨੂੰ ਟੇਸਟ ਵਧੀਆ ਲੱਗਦਾ ਹੁੰਦਾ ਗਾ, ਥੋੜ੍ਹੀ ਜਿਹੀ ਆਪਾਂ ਇਹਦੇ ਵਿੱਚ ਅਜਵਾਇਣ ਵੀ ਪਾ ਦੇਣੀ ਹੈ। ਬਾਕੀ ਹਾਜ਼ਮੇ ਵਾਸਤੇ ਵਧੀਆ ਜੀ ਅਜਵਾਇਣ, ਹੈ ਨਾ? ਹਾਂਜੀ, ਹਾਜ਼ਮਾ ਵੀ ਵਧੀਆ ਦਰੁਸਤ ਕਰਦੀ ਹੈ। ਸਹੀ ਗੱਲ ਆ ਜੀ। ਅਤੇ ਹੁਣ ਆਪਾਂ ਹੱਥ ਸਾਫ਼ ਕਰ ਲਈਏ ਜੀ, ਅਤੇ ਫਿਰ ਆਪਾਂ ਇਹਦੀਆਂ ਟਿੱਕੀਆਂ ਬਣਾਉਣੀਆਂ ਸਟਾਰਟ ਕਰਾਂਗੇ ਜੀ। ਲਓ ਜੀ, ਆਪਾਂ ਗੈਸ ਥੋੜ੍ਹਾ ਜਿਹਾ ਔਨ ਕਰਕੇ ਰੱਖ ਦਿੰਦੇ ਹਾਂ ਜੀ ਲੋਅ 'ਤੇ, ਗਰਮ ਹੋ ਜੂਗਾ ਇਹਨੇ 'ਚ। ਤਵੇ 'ਤੇ ਬਣੂਗੀ ਰੋਣੇ? ਹਾਂਜੀ। ਠੀਕ ਹੈ ਜੀ। ਅਤੇ ਹੱਥਾਂ 'ਤੇ ਥੋੜ੍ਹਾ ਜਿਹਾ ਆਪਾਂ ਘਿਓ ਲਾ ਲੈਣਾ ਜੀ, ਜਿਹੜਾ ਆਪਣਾ ਚਿਪੇਣਾ ਮਟੀਰੀਅਲ। ਹਾਂਜੀ, ਅਤੇ ਥੋੜ੍ਹਾ ਥੋੜ੍ਹਾ ਲੈ ਕੇ ਆਪਾਂ ਜਿਹੜੀ ਟਿੱਕੀ ਬਣਾਉਣੀ ਸਟਾਰਟ ਕਰ ਦੇਣੀ। ਜੇ ਤੁਸੀਂ ਚਾਹੋ ਤਾਂ ਆਪਦੇ ਹਿਸਾਬ ਨਾਲ ਮਤਲਬ ਛੋਟੀ ਵੱਡੀ ਬਣਾ ਸਕਦੇ ਹੋ ਜੀ। ਠੀਕ ਹੈ ਜੀ। ਅਤੇ ਇਹਦੇ ਵਿੱਚ ਆਪਾਂ ਪੁਦੀਨੇ ਦੀਆਂ ਪੱਤੀਆਂ ਵੀ ਪਾ ਸਕਦੇ ਹਾਂ, ਹਰਾ ਧਨੀਆ ਵੀ ਪਾ ਸਕਦੇ ਹਾਂ ਜੀ।
ਨਾਲੇ ਫਟੂਗੀ ਵੀ ਨੀ ਤੇ ਵਧੀਆ ਬਣ ਜਾਣਗੀਆਂ ਜੀ, ਹਲਕਾ ਹਲਕਾ ਜਿਹਾ ਲਾ ਦੇਣਾ ਜਿਵੇਂ ਆਪਾਂ ਰੋਟੀ ਵੇਲਣ ਵੇਲੇ ਲਾਉਂਦੇ ਹੁੰਦੇ ਹਾਂ ਜੀ। ਠੀਕ ਹੈ ਜੀ, ਪੜੇਥਣਾ ਪੜੇਥਣ ਜੀ, ਸਹੀ ਗੱਲ ਆ ਜੀ, ਪੜੇਥਣ ਵਾਂਗੂ ਲਾ ਦੇਣਾ ਗਾ, ਉਂਝ ਵੀ ਬਣਾ ਸਕਦੇ ਹਾਂ ਜੀ, ਉਂਝ ਵੀ ਨੀ ਇਹ ਖਿਲਰ ਦੀਆਂ ਪੜੇਥਣੀ ਹੋ ਗਿਆ ਉਹਨਾਂ ਦਾ। ਸਹੀ ਗੱਲ ਆ ਜੀ, ਤੇ ਜਿਵੇਂ ਹੁੰਦਾ ਜੀ ਆਪਣੇ ਕੋਲੇ ਸੂਜੀ ਤਾਂ ਸੂਜੀ ਨਾਲ ਵੀ ਕੋਟ ਕਰ ਸਕਦੇ ਹਾਂ, ਤੇ ਇੱਕ ਜਿਵੇਂ ਹੁੰਦਾ ਜੀ ਬ੍ਰੈਡਾਂ ਦਾ ਬੂਰਾ। ਹਾਂਜੀ, ਜੇ ਬ੍ਰੈਡਾਂ ਦੇ ਬੂਰੇ ਨਾਲ ਕਰਾਂਗੇ ਤਾਂ ਮਤਲਬ ਵੱਧ ਕ੍ਰਿਸਪੀ ਹੋ ਜਾਣਗੇ ਕਰੰਚੀ ਜੀ। ਹਾਂਜੀ, ਉਹ ਵੀ ਵਰਤ ਸਕਦੇ ਹਾਂ ਜੀ, ਸੱਤੂ ਪਾਊਡਰ ਮਤਲਬ ਛੋਲਿਆਂ ਦਾ ਜਿਹੜਾ ਪਾਊਡਰ ਆ ਭੁੱਜੇ ਛੋਲਿਆਂ ਦਾ, ਉਹ ਵੀ ਵਰਤ ਸਕਦੇ ਹਾਂਗੇ, ਤੇ ਨਹੀਂ ਆਪਾਂ ਇਹਨੂੰ ਮੈਦੇ 'ਚ ਵੀ ਮਾੜਾ ਮਾੜਾ ਲਗਾ ਸਕਦੇ ਹਾਂ ਜੀ, ਤੇ ਨਹੀਂ ਫਿਰ ਆਪਾਂ ਅਰਾਰੋਟ ਦਾ ਪਾਊਡਰ ਤਾਂ ਇਹਦੇ ਵਿੱਚ ਪਾਈ ਹੁੰਦਾ ਜੀ। ਹਾਂਜੀ, ਇਹਦੇ ਵਿੱਚ ਆਪਾਂ ਚੌਲਾਂ ਦਾ ਆਟਾ ਪਾਇਆ ਹੋਇਆ ਜੀ, ਮਤਲਬ ਹਲਕਾ ਜਿਹਾ ਆਪਾਂ ਪਾਊਡਰ ਵਾਂਗੂ ਲਗਾ ਦੇਣਾ ਜੀ, ਜਿਹੜੀ ਆਪਣੀ ਟਿੱਕੀ ਆ ਵਧੀਆ ਬਣ ਕੇ ਤਿਆਰ ਹੋਵੇ, ਇਸ ਪ੍ਰਕਾਰ ਵੀ ਕਰ ਦੇਣਾ ਜੀ, ਮਤਲਬ ਆਲੇ ਚੌਲ ਸੀਆਂ ਹੋ ਜਾਣਗੇ, ਮਤਲਬ ਖੁੰਝੇ ਗੋਲ ਬਣ ਜਾਣੀਆਂ ਜੀ। ਆਹ ਦੇਖੋ ਕਿਤੇ ਆ ਤੇ ਕਿਤੇ ਆ, ਕਿੰਨਾ ਫਰਕ ਪੈ ਗਿਆ ਨਾ, ਮਤਲਬ ਕੰਨੀਆਂ ਚੌਲ ਸੀਆਂ ਹੋ ਗਈਆਂ, ਨਕੀਲੀਆਂ ਹੋ ਗਈਆਂ। ਤੇ ਚੱਲ ਰਮਨ ਹੁਣ ਬਣਾ ਲਈਏ ਫਿਰ ਆਪਾਂ, ਜ਼ਿਆਦਾ ਲੰਮੀ ਨਾ ਕਰੀਏ ਜੀ। ਹਾਂਜੀ, ਲਓ ਵੀ ਦੋਸਤੋ ਬਣ ਕੇ ਸਾਰੀਆਂ ਤਿਆਰ ਹੋ ਗਈਆਂ ਆਪਣੀਆਂ ਟਿੱਕੀਆਂ, ਤੇ ਕਿੱਡੀਆਂ ਸੋਹਣੀਆਂ ਬਣਾ ਲਈਆਂ ਰਮਨ ਨੇ, ਦੇਖੋ ਦੋਸਤੋ ਨਜ਼ਰ ਨਾ ਲਾ ਦਿਓ ਜੀ। ਤੇ ਲਓ ਜੀ, ਇੱਧਰ ਆਪਾਂ ਲਿਆ ਜੀ ਦੇਸੀ ਘਿਓ, ਤਵਾ ਆਪਣਾ ਗਰਮ ਸੀ, ਇਹਦੇ ਉੱਪਰ ਆਪਾਂ ਪਾ ਦੇਣਾ ਜੀ, ਠੀਕ ਹੈ ਜੀ, ਇੱਕ ਦੋ ਚਮਚਿਆਂ ਵਾਂਗੂ। ਤੇ ਹੁਣ ਆਪਾਂ ਇੱਕ ਇੱਕ ਕਰਕੇ ਇਹ ਟਿੱਕੀ ਇਹਦੇ ਵਿੱਚ ਧਰਦੇ ਜਾਵਾਂਗੇ ਜੀ, ਹੌਲੀ ਹੌਲੀ ਇਹ ਮਤਲਬ ਵੀ ਬਣੀ ਜਾਣਗੀਆਂ। ਹਾਂਜੀ, ਮੀਡੀਅਮ ਤੋਂ ਲੋ ਤੇ ਰੱਖ ਕੇ ਆਪਾਂ ਇਹਨੂੰ ਉਹ ਕਰਨਾ ਜੀ, ਠੀਕ ਹੈ ਜੀ, ਮੀਡੀਅਮ ਜੀ ਹਾਈ ਨਹੀਂ ਕਰਨਾ ਹੈਗਾ, ਫੇਰ ਹੀ ਵਧੀਆ ਬਣਨੀ ਹੈ ਜੀ। ਇਹਨੂੰ ਲੱਗ ਜਾਣਗੇ 5 ਤੋਂ 7 ਮਿੰਟ ਪੱਕਣ ਵਾਸਤੇ, ਠੀਕ ਆ। ਪਕਾਉਣੀ ਮਤਲਬ ਆਰਾਮਦਾਰੀ ਨਾਲ ਤੇ ਪਿਆਰ ਨਾਲ। ਹਾਂਜੀ, ਮੀਡੀਅਮ ਤੇ ਰੱਖ ਕੇ ਪਕਾਉਣੀ ਹੈ ਜੀ। ਹਾਂਜੀ, ਅੱਜ ਦੋਸਤੋ ਮੈਨੂੰ ਰਮਨ ਕਹਿ ਰਹੇ ਸੀ, ਮੈਂ ਰਮਨ ਯਾਰ ਵੀ ਕੋਈ ਵੀ ਆਪਾਂ ਤੂੰ ਚੀਜ਼ ਬਣਾਉਣੀ ਹੈ ਵੀ ਇੰਨੀ ਸਵਾਦ ਕਰੋ, ਕਹਿੰਦੀ ਬਸ ਵੀ ਚਲੋ ਜਿਵੇਂ ਵੀ ਆਪਾਂ ਬਣਾਉਣੀ ਆ, ਹਨਾ ਜ਼ਰੂਰੀ ਆ, ਪਰ ਆਪਣਾ ਜਿਹੜਾ ਦਿਲ ਆ, ਦਿਲੋਂ ਚੀਜ਼ ਬਣਾਉਣੀ ਚਾਹੀਦੀ ਆ, ਮਤਲਬ ਖੁਸ਼ ਹੋ ਕੇ ਪਿਆਰ ਨਾਲ, ਫੇਰ ਹੀ ਉਹਦੇ 'ਚ ਜਿਹੜਾ ਟੇਸਟ ਆਉਂਦਾ ਹਨਾ। ਕਿਉਂਕਿ ਕਹਿੰਦੇ ਨੇ ਵੀ ਜੇਕਰ ਆਪਾਂ ਵੀ ਪਿਆਰ ਨਾਲ ਚੀਜ਼ ਬਣਾਉਂਦੇ ਕੋਈ, ਫੇਰ ਹੀ ਉਹ ਸਰੀਰ ਨੂੰ ਲੱਗਦੀ ਹੈ। ਜੇਕਰ ਆਪਾਂ ਹੁਣ ਮੱਛ ਸੜਕੀ ਬਣਾਉਂਦੇ, ਕੋਈ ਰੋਟੀ ਪਕਾਉਂਦੇ, ਜਿਵੇਂ ਘਰ 'ਚ ਖਾਣਾ ਵੀ ਬਣਾਉਂਦੇ ਹੈਗੇ, ਜੇ ਉਹ ਪਿਆਰ ਨਾਲ ਬਣਾਉਣਗੇ ਫੇਰ ਹੀ ਸਾਰੇ ਪਰਿਵਾਰ ਨੂੰ ਵਧੀਆ ਲੱਗਦਾ, ਬਿਮਾਰੀਆਂ ਤੋਂ ਦੂਰ ਰਹਿੰਦੇ ਨੇ। ਇਹ ਵੀ ਸੱਚ ਗੱਲ ਹੈ ਜੀ, ਮਤਲਬ ਜਿੰਨੀ ਪੋਜ਼ਿਟਿਵਿਟੀ ਹੋਊਗੀ ਆਪਣੇ ਖਾਣੇ 'ਚ ਬਣਾਉਣ 'ਚ, ਉਨਾ ਹੀ ਪਰਿਵਾਰ 'ਚ ਕਹਿ ਸਕਦੇ ਵੀ ਇੱਕ ਤਰ੍ਹਾਂ ਦਾ ਸੋਚ ਵਧੀਆ ਹੋਊਗੀ ਜੀ, ਬਿਮਾਰੀਆਂ ਨਹੀਂ ਲੱਗਣੀਆਂ, ਉਹਨਾਂ ਦੀ ਸਿਹਤ ਨੂੰ ਹਰੇਕ ਚੀਜ਼ ਲੱਗੂਗੀ। ਸੋ ਇਹ ਚੀਜ਼ ਵੀ ਇੱਕ ਮਾਇਨੇ ਰੱਖਦੀ ਹੈ ਜੀ। ਤੇ ਲਓ ਜੀ ਹੁਣ ਆਪਾਂ ਇਹਨੂੰ ਪੱਕਣ ਦੇਵਾਂਗੇ, ਲੋ ਤੇ ਰੱਖ ਕੇ ਪੂਰਾ, ਮਤਲਬ ਖੁਸ਼ਬੂ ਤੇ ਕਲਰ ਦੇਖੋ ਦੋਸਤੋ, ਮਤਲਬ ਕਿੱਡਾ ਵਧੀਆ ਆਇਆ ਹਨਾ ਟਿੱਕੀਆਂ ਦਾ। ਤੇ ਬਾਕੀ ਦੋਸਤੋ ਐਵੇਂ ਖਾਣ ਵੇਲੇ ਵੀ ਆਪਣਾ ਧਿਆਨ ਆ ਜਿਹੜਾ ਉਹ ਖਾਣੇ 'ਚ ਹੀ ਹੋਣਾ ਚਾਹੀਦਾ ਹਨਾ। ਸਹੀ ਗੱਲ ਹੈ, ਮੈਨੂੰ ਆਦਤ ਸੀਗੀ ਦੋਸਤੋ ਵੀ ਮੈਂ ਫੋਨ ਚੱਕੀ ਬੈਠਾ ਰਹਿੰਦਾ ਸੀਗਾ, ਤਾਂ ਰਮਨ ਮੈਨੂੰ ਉਹ ਗੱਲ 'ਤੇ ਵੀ ਟੋਕਦੀ ਹੁੰਦੀ ਆ ਹਮੇਸ਼ਾ। ਹਾਂਜੀ, ਹਮੇਸ਼ਾ ਖਾਣ ਵੇਲੇ ਤਾਂ ਬਸ ਖਾਣੇ 'ਤੇ ਫੋਕਸ ਹੋਣਾ ਚਾਹੀਦਾ, ਜਿਵੇਂ ਆਪਾਂ ਬੱਚਿਆਂ ਨੂੰ ਕਹਿ ਦਿੰਦੇ ਵੀ ਤੁਸੀਂ ਫੋਨ ਦੇਖ ਲਓ, ਜਾਂ ਆਪਾਂ ਟੀਵੀ ਲਗਾ ਕੇ ਦੇ ਦਿੰਦੇ ਹਾਂ, ਐਲਸੀਡੀਆਂ ਹੁੰਦੀਆਂ ਨੇ ਜਿਵੇਂ ਘਰ ਵਿੱਚ, ਬੱਚਿਆਂ ਨੂੰ ਫੋਨ ਪਕੜਾ ਦਿੰਦੇ ਹਾਂ ਵੀ ਲਾ ਤੁਸੀਂ ਫੜੋ ਅਸੀਂ ਖਵਾਉਂਦੇ ਹਾਂਗੇ, ਸੋ ਇਹ ਗੰਦੀਆਂ ਆਦਤਾਂ ਹੁੰਦੀਆਂ ਨੇ ਜੀ। ਹਾਂਜੀ, ਸੋ ਖਾਣੇ ਵੱਲ ਚੀਜ਼ ਲੱਗਦੀ ਵੀ ਨਹੀਂ ਰਮਨ ਹਨਾ। ਸਹੀ ਗੱਲ ਆ ਜੀ, ਖਾਣੇ ਵੱਲ ਹੀ ਧਿਆਨ ਹੋਣਾ ਚਾਹੀਦਾ ਆਪਣਾ। ਤੇ ਹੁਣ ਆਪਾਂ ਇਹਨੂੰ 5 ਤੋਂ 7 ਮਿੰਟ ਲੋ ਫਲੇਮ ਤੇ ਰੱਖ ਕੇ ਜੀ, ਮੀਡੀਅਮ ਜਿਹੇ ਤੇ ਰੱਖ ਕੇ ਪਕਾਵਾਂਗੇ, ਤੇ ਫਿਰ ਇਹਨੂੰ ਥੱਲਣਾ ਗਾ, ਐਵੇਂ ਨਹੀਂ ਹੈਗਾ ਵੀ ਆਪਾਂ ਨੂੰ ਛੇੜਨਾ ਗਾ, ਜਿਉਂ ਜਿਉਂ ਇਹ ਹੇਠੋਂ ਪੱਕੂਗੀ ਫਿਰ ਹੀ ਇਹ ਪਲਟਾਵਾਂਗੇ, ਫਿਰ ਹੀ ਜਿਹੜੀ ਆਪਣੀ ਟਿੱਕੀ ਉਹ ਵਧੀਆ ਸ਼ੇਪ 'ਚ ਆਊਗੀ ਜੀ। ਠੀਕ ਹੈ ਜੀ, ਨਹੀਂ ਤਾਂ ਇਹ ਚਿਪ ਜਾਣੀ ਹੈ ਥੱਲੇ ਨਾਲ। ਹਾਂਜੀ, ਸਹੀ ਗੱਲ ਆ ਜੀ, ਚਿਪ ਸਕਦੀ ਹੈ ਜੀ। ਠੀਕ ਹੈ ਜੀ, ਹੁਣ ਆਪਾਂ ਨੂੰ ਪਕਾ ਲੈਣਾ ਮਤਲਬ ਹਲਕੀ ਹਲਕੀ ਐਵੇਂ। ਹਾਂਜੀ, ਮੀਡੀਅਮ ਤੇ ਰੱਖ ਕੇ ਪਕਾਉਂਦੇ ਹਾਂ। ਇੱਧਰੋਂ ਖਾਲੀ ਪਿਆ ਜੀ, ਦੋ ਆਪਾਂ ਹੋਰ ਧਰ ਦਿੰਦੇ ਹਾਂਗੇ। ਹਾਂਜੀ, ਪੱਕ ਜਾਣੀ ਹੈ ਵਧੀਆ ਸਾਰੀਆਂ। ਥੋੜ੍ਹਾ ਜਿਹਾ ਦੋਸਤੋ ਸਿਲੰਡਰ ਨਾ ਉਹਰੇ ਨੂੰ ਨੀਵਾਂ ਸੀ ਜੀ, ਤੇ ਫਿਰ ਸਾਨੂੰ ਪਤਾ ਜੀ ਆਪਾਂ ਪੰਜਾਬੀ ਜਗਾੜੀ ਹੁੰਦੇ ਹਾਂ, ਤੇ ਆਹ ਲਾ ਦਾ ਜੀ ਫਿਰ ਥੱਲੇ। ਆਹ ਦੇਖੋ ਸਾਰੀਆਂ ਪਕਾ ਲੈਂਦੇ ਹਾਂ ਜੀ, ਇਕੱਠੀਆਂ ਠੀਕ ਹੈ ਜਾਣਗੀਆਂ, ਸਾਰੀਆਂ ਇਕੱਠੇ ਹੀ ਨਿਬੜ ਜੂਗਾ ਮੈਂ ਕਿਹੜੇ ਜੀ। ਸਹੀ ਗੱਲ ਆ ਜੀ, ਨਿਬੜੀ ਜਾਊਗਾ।
ਚਲੋ ਆਹ ਰੱਖ ਲਓ ਇੱਕ ਜੀ, ਫਿਰ ਪਾ ਦਾਂਗੇ ਵਾਲਾ, ਨਹੀਂ ਤਾਂ ਗੁੜਦੁੱਬ ਜਿਹਾ ਵੱਜ ਜਾਣਾ ਤਵੇ 'ਤੇ। ਸਹੀ ਗੱਲ ਹੈ ਜੀ, ਬਸ ਹੁਣ ਇਹਨੂੰ ਪਕਾਉਂਦੇ ਜੀ, ਫਿਰ ਦਿਖਾਉਂਦੇ ਹਾਂ ਕਿੰਨੀਆਂ ਜ਼ਿਆਦਾ ਟੇਸਟੀ ਅਤੇ ਥੋੜ੍ਹੇ ਟਾਈਮ 'ਚ ਬਣ ਕੇ ਰੈਡੀ ਹੋ ਜਾਂਦੀਆਂ ਨੇ। ਜਿਹੜੀਆਂ ਪਹਿਲਾਂ ਰੱਖੀਆਂ ਸੀ ਜੀ ਉਹ ਪੱਕ ਚੁੱਕੀਆਂ ਨੇ, ਉਹਨਾਂ ਨੂੰ ਆਪਾਂ ਪਾਸੇ ਵਲਟਾ ਦਿੰਦੇ ਹਾਂ ਜੀ। ਠੀਕ ਹੈ, ਆਹ ਦੇਖੋ ਜੀ ਕਿੰਨੀਆਂ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈਆਂ ਨੇ ਜੀ। ਬਾਕੀ ਦੋਸਤੋ ਖੁਸ਼ਬੂ ਕੀ ਆ ਰਹੀ ਹੈ ਨਾ, ਮਤਲਬ ਸਿਰੇ ਹੀ ਹੋਇਆ ਵਾ ਦੋਸਤੋ। ਹਾਂਜੀ, ਹੈਲਥੀ ਬਹੁਤ ਨੇ ਜੀ ਇਹ ਚੀਜ਼ਾਂ, ਹੈਲਥੀ ਵੀ ਨੇ ਅਤੇ ਟੇਸਟੀ ਵੀ ਨੇ ਜੀ। ਬਾਕੀ ਵੱਡੀ ਗੱਲ ਤਾਂ ਇਹ ਵੀ ਦੇਸੀ ਘਿਓ 'ਚ ਬਣ ਰਹੀਆਂ ਨੇ ਦੋਸਤੋ, ਹੈ ਨਾ। ਸਹੀ ਗੱਲ ਆ ਜੀ, ਦੇਸੀ ਘਿਓ ਮਤਲਬ ਹੈਲਥ ਵਾਸਤੇ ਹੈਲਥੀ ਹੁੰਦਾ ਜੀ। ਦੂਜਿਆਂ ਉਹਦੇ ਨਾਲ ਮਤਲਬ ਇਹ ਗੁੱਡ ਫੈਟ ਆ ਜੀ। ਹਾਂਜੀ, ਗੁੱਡ ਇਹ ਖਾਣੀ ਚਾਹੀਦੀ ਹੈ ਜੀ, ਹੋਰ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਜਿਵੇਂ ਆਪਾਂ ਸਮੋਸੇ ਲੈ ਆਉਂਦੇ ਹਾਂ ਜੀ, ਕਦੇ ਕੁਛ ਖਾ ਲਿਆ ਕਦੇ ਕੁਛ ਖਾ ਲਿਆ, ਪਰ ਜੇਕਰ ਆਪਾਂ ਘਰੇ ਬਣਾਉਂਦੇ ਹਾਂ ਜੀ ਦੇਸੀ ਘਿਓ 'ਚ ਬਣਾਉਂਦੇ ਹਾਂ ਤਾਂ ਉਹ ਆਪਣੇ ਵਾਸਤੇ ਫਾਇਦਾ ਹੀ ਕਰਦੀ ਹੈ ਚੀਜ਼। ਹਾਂਜੀ, ਅਤੇ ਹੁਣ ਆਪਾਂ ਇਹਨੂੰ ਪੱਕਣ ਦੇਵਾਂਗੇ ਜੀ, ਦੋਨੇ ਪਾਸੇ ਬਲਟਾ ਦਾਂਗੇ ਜਿਹੜੀਆਂ ਪੱਕ ਗਈਆਂ, ਫਿਰ ਦਿਖਾਉਂਦੇ ਜੀ ਕਿੰਨੀਆਂ ਜ਼ਿਆਦਾ ਸੋਹਣੀਆਂ ਅਤੇ ਟੇਸਟੀ ਟੇਸਟੀ ਤਿਆਰ ਹੁੰਦੀਆਂ ਨੇ ਇਹ। ਹਾਂਜੀ ਲਓ ਜੀ, ਚੰਗੀ ਤਰ੍ਹਾਂ ਪੱਕ ਗਈਆਂ ਇਹ। ਠੀਕ ਹੈ, ਦੇਖ ਸਕਦੇ ਵੀ ਦੋਨੇ ਸਾਈਡਾਂ ਵਧੀਆ ਪ੍ਰੋਪਰ ਚੰਗੀ ਤਰ੍ਹਾਂ ਪਕਾ ਲਈਆਂ ਆਪਾਂ, ਗੈਸ ਹੁਣ ਆਪਾਂ ਬੰਦ ਕਰ ਦਿੰਦੇ ਹਾਂ ਜੀ। ਕਲਰ ਕਿੱਡਾ ਸੋਹਣਾ ਆ ਗਿਆ ਦੇਖੋ ਦੋਸਤੋ, ਮੈਨੂੰ ਤਾਂ ਰੰਗ ਹੀ ਸੋਹਣਾ ਲੱਗੀ ਜਾਂਦਾ ਇਹਨਾਂ ਦਾ, ਮਰੂਨ ਜਿਹਾ। ਹਾਂਜੀ, ਅਤੇ ਮੀਡੀਅਮ, ਹਾਂਜੀ ਮੀਡੀਅਮ 'ਤੇ ਰੱਖ ਕੇ ਪਕਾਉਣਾ ਜੀ ਇਹਨਾਂ ਨੂੰ, ਜ਼ਿਆਦਾ ਨਹੀਂ ਆਂਚ ਤੇਜ਼ ਕਰਨੀ, ਨਹੀਂ ਤਾਂ ਫਿਰ ਇਹ ਹੇਠੋਂ ਮੱਚ ਵੀ ਜਾਣਗੇ, ਪ੍ਰੋਪਰ ਵਿੱਚੋਂ ਵੀ ਨਹੀਂ ਚੰਗੀ ਤਰ੍ਹਾਂ ਪੱਕਣੇ। ਇਸ ਕਰਕੇ ਮੀਡੀਅਮ 'ਤੇ ਰੱਖ ਕੇ ਇਹਨੂੰ ਘੱਟੋ ਘੱਟ 7 ਤੋਂ 5 ਤੋਂ 7 ਮਿੰਟ ਪਕਾ ਲੈਣਾ, ਵੱਧ ਵੀ ਟਾਈਮ ਲੱਗ ਸਕਦਾ ਜੀ, ਗੈਸ 'ਤੇ ਡਿਪੈਂਡ ਕਰਦਾ ਇਹ ਆਪਣੇ। ਠੀਕ ਹੈ, ਬਸ ਮਤਲਬ ਕਲਰ ਦੇਖ ਲਓ ਦੋਸਤੋ, ਆਹ ਕਲਰ ਜਿਹਾ ਆ ਜੇ। ਹਾਂਜੀ, ਅਤੇ ਮਤਲਬ ਇੰਨੀਆਂ ਕੁ ਪਕਾ ਲੈਣੀਆਂ ਆਪਾਂ, ਹੈ ਨਾ। ਹਾਂਜੀ, ਅਤੇ ਹੁਣ ਆਪਾਂ ਇੱਕ ਕਰਕੇ ਹੇਠਾਂ ਲਾ ਲਾਂਗੇ ਜੀ ਸਾਰਿਆਂ ਨੂੰ। ਠੀਕ ਹੈ ਜੀ, ਅਤੇ ਆਹ ਨਾਲ ਕੀ ਲਈ ਆ ਰਮਨ? ਦਹੀਂ, ਇਹ ਦਹੀਂ ਲਈ ਹੋਈ ਹੈ ਜੀ, ਅਤੇ ਇਹ ਤਾਂ ਆਪਾਂ ਕੋਈ ਵੀ ਚਟਨੀ ਲੈ ਸਕਦੇ ਜਿਵੇਂ ਪੁਦੀਨੇ ਦੀ ਹਰੀ ਚਟਨੀ ਹੋ ਗਈ ਜੀ, ਟਮਾਟਰ ਸੌਸ ਹੋ ਗਈ। ਹਾਂਜੀ, ਇੱਕ ਨਾ ਦੋਸਤੋ ਮਤਲਬ ਜਿਹੜੀ ਤੁਹਾਨੂੰ ਪਤਾ ਮੇਯੋਨੀਜ਼ ਹੁੰਦੀ ਹੈ ਕਿ ਕੀ ਹੁੰਦੀ ਆ ਉਹ? ਹਾਂਜੀ, ਉਹ ਨਿਰਾ ਮਤਲਬ ਇੱਕ ਤਰ੍ਹਾਂ ਦਾ ਜ਼ਹਿਰ ਹੀ ਹੁੰਦਾ ਜੀ, ਹੈ ਨਾ, ਜ਼ਹਿਰ ਹੀ ਹੁੰਦਾ ਜੀ, ਕ੍ਰੀਮ 'ਚ ਘਿਓ ਪਾਇਆ ਹੁੰਦਾ, ਪਤਾ ਨਹੀਂ ਕਿਵੇਂ ਕੁਝ ਬਣਦੀ ਆ ਉਹ। ਲਓ ਜੀ, ਆਪਣੀ ਬੀਟਰੂਟ ਦੀ ਜਿਹੜੀ ਟਿੱਕੀ ਆ ਬਣ ਕੇ ਬਿਲਕੁਲ ਤਿਆਰ ਹੈ, ਅਤੇ ਚਲੋ ਹੁਣ ਆਪਾਂ ਖਾਂਦੇ ਹਾਂ ਜੀ। ਸੋ ਜ਼ਰੂਰ ਦੱਸਣਾ ਵੀ ਕਿਵੇਂ ਲੱਗੀ ਤੁਹਾਨੂੰ ਇਹ ਰੈਸਪੀ, ਕਿਉਂਕਿ ਇਹ ਬਹੁਤ ਹੀ ਟੇਸਟੀ ਬਣਦੀ ਹੈ ਜੀ, ਅਤੇ ਬੱਚਿਆਂ ਨੂੰ ਵੀ ਬਹੁਤ ਪਸੰਦ ਆਊਗੀ। ਜ਼ਰੂਰ ਟਰਾਈ ਕਰਨਾ, ਮਿੰਟੋ ਮਿੰਟੀ ਜਿਹੜੇ ਥੋੜ੍ਹੇ ਟਾਈਮ 'ਚ ਆਪਣੀ ਟਿੱਕੀ ਹੈਗੀ ਉਹ ਬਣ ਕੇ ਤਿਆਰ ਹੋ ਜਾਂਦੀ ਜੀ। ਆਲੂ ਦੀ ਵੀ ਇਸ ਪ੍ਰਕਾਰ ਬਣਾ ਸਕਦੇ ਹਾਂ, ਅਤੇ ਜੇਕਰ ਚਿਕੰਦਰ ਹੋਵੇ ਤਾਂ ਥੋੜ੍ਹੀ ਚਿਕੰਦਰ ਪਾ ਕੇ ਵੀ ਬਹੁਤ ਹੀ ਸਵਾਦ ਜਿਹੜੀ ਟਿੱਕੀ ਆ ਉਹ ਆਪਾਂ ਘਰ ਵਿੱਚ ਹੀ ਬਣਾ ਸਕਦੇ ਹਾਂ। ਸੋ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ। ਵੀਡੀਓ ਦੇਖਣੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।